रिश्वत देनी पैंदी नहीं अर्जी नूं विच कहिंदा ना तुहाडी रजिस्ट्री नहीं हुंदी मगरे सुवीर ने देता मगरे 90 साल तो 95 साल का बुढ़ा मगरे ही देता बापू जी क्यों ठीक हो वोटा का लंबी अलके का बादल खड़ा पावे रोज वोट बनाए पैसी जिम्मे आखी मेनू पाई चलो रोटी खा लागे 70 साल जताया की करता सा पढ़ाई भी नहीं फ्री कर दी फीस भी नहीं माफ करी सानू इन्हें बिल्डिंग बन गई पर सिखलाई देने वाला नहीं कोई साढ़े 8वीं पास का स्कूल एजुकेशन बन गए कोई मतलब ना जिवें हेल्थ का हेल्थ का भी कोई है नहीं गा हेल्थ हम मान लो मेरी मैं प्रॉब्लम है ढूई की प्रॉब्लम है रीढ़ की हड्डी की प्रॉब्लम है असी घुद्दे गए थे अज उतों दवाई लेके आए उत्थे थोड़ा जा भी लग्या वधिया अस्पताल बनाया तो पर जिवें कोई मारू बीमारी है कैंसर है साढ़े जिले च कैंसर बहुत आ कैंसर वह कोई हल ही नहीं छोटे जिमीदार नु जे कोई बीमारी लग गई हो जाना हो खड़ा एक लो खड़ा एक होड़ कर ले वो बैठा हो जाना बुजुर्ग साडा हाल आए होना जी अंकल साडा ए साडे कोले कोई पैसा नहीं इलाज जेड़ा हुन बंदा इलाज नहीं करवा सकदा इलाज ता कटो कट साडा मरीज बीमार हो गया दूसरे सारे मर जानगे मगर इलाज चाहिए है पूरा लगदा एजुकेशन चाहिए है और अपन भी चाहिए है ना बोली नहीं नहीं गलत बढ़िया बढ़िया स्कूल होना ऊ दस दे तू इन्हां ने पिछली सरकार हुन सी जेड़ी उन्होंने जमा विजेंद्र सिंगला से अपना शिक्षा मंत्री उन्हें जमा पट्ठा ही भाता 4.5 साल कैप्टन ने राज कराया उन्हें जमा उन्हें पट्ठा भाता टप्पे मौत हो जाती है 10 दिन वाधू मिली जाता इलाज करने मरीज इन्ने पले कुछ नहीं गा इस बार फिर हम सारे का मन की बनाया सारे ने वोट किधर देनी इस बार ਵੋਟ ਹੀ ਆਪਾਂ ਨੂੰ ਦੇਵਾਂਗੇ ਹੋਰ ਕਿਹਨੂੰ ਦੇਵਾਂ ਤੈਨੂੰ ਖੋੜ ਰਿਆ ਭਗਵਾਨ ਸਮਾਨ ਤੇ ਆਸ ਹੈਗੀ ਐ ਥੋੜੀ ਯਾਰ ਉਹਨਾਂ ਦੇ ਆਸ ਰੱਖ ਕੇ ਵੋਟ ਦੇ ਰਹੇ ਆ ਤਾਂ ਕੋਈ ਵੀ ਪੱਤੇ ਨਹੀਂ ਖੋੜ ਰਿਆ ਵੀ ਦਿਲ ਦੀ ਗੱਲ ਨਹੀਂ ਦੱਸ ਰਿਹਾ ਦੱਸ ਹੀ ਨਹੀਂ ਰਿਹਾ ਕੋ ਵੋਟਰ ਪੱਤੇ ਸ਼ੋਅ ਹੀ ਨਹੀਂ ਕਰ ਰਿਹਾ ਬਸ ਠੀਕ ਆ ਬੰਦ ਪਏ ਆ ਠੀਕ ਆ ਨਾ ਕਹਿੰਦੇ ਮੌਕੇ ਤੇ ਖੋਲਾਂਗੇ ਨਾ ਤਾਂ ਤੁਹਾਨੂੰ ਪਤਾ ਲੱਗਦਾ ਹਾਂਜੀ ਨਾ ਲੀਡਰਾਂ ਨੂੰ ਪਤਾ ਲੱਗਦਾ ਹਾਂਜੀ ਬੰਦ ਪੱਤੇ ਚ ਕੁਝ ਨਹੀਂ ਹੋ ਸਕਦਾ 20 ਤਰੀਕ ਨੂੰ ਪਤਾ ਲੱਗੂਗਾ ਕੀ ਬਾਤ ਹੈ ਲੀਡਰ ਕਿੱਥੇ ਖੇਡਦੇ ਸੀ ਉਵੇਂ ਐਤਕੀ ਲੋਕ ਖੇਡ ਰਹੇ ਆ ਉਸੇ ਵਾਲੇ ਹੋ ਗਏ ਇਹ ਤਾਂ ਯਾਰ ਮੇਰੀ ਗੱਲ ਸੁਣੋ ਰੁਪਿੰਦਰ ਰੁੱਬੀ ਸੀ ਜਿਹੜੇ ਜਿੰਨੇ ਵੀ ਉਹ ਕਾਗਰਾ ਚਾਹੀ ਨਹੀਂ ਕਰਿਆ
ਬਦਲਿਆ ਤੇ ਚੱਕ ਕੇ ਮਲੋਟ ਆ ਗਈ ਤੇ ਕੱਲ ਰਾਜੀ ਵੜਕੇ ਦੇ ਨਾਲ ਖੜੀ ਰੋਈ ਜਾਂਦੀ ਸੀ ਇਹ ਤਾਂ ਸਟੰਟ ਕਰਦੇ ਆ ਬਾਪੂ ਇੱਕ ਗੱਲ ਆ ਐਤਕੀ ਵੀ ਅੱਗੇ ਇਲੈਕਸ਼ਨਾਂ ਦੇ ਵਿੱਚ ਜਿਵੇਂ ਪਿੰਡਾਂ 'ਚ ਰੌਲਾ ਲੜਾਈਆਂ ਪੜਾਈਆਂ ਹੁੰਦੀਆਂ ਸੀ ਐਤਕੀ ਉਹ ਘੱਟ ਗਿਆ ਕੰਮ ਸਾਡੇ ਕੋਲ ਪੈਸਾ ਨਹੀਂ ਠੰਡ ਜਾਣ ਲੜਤਾ ਪਈਏ ਸੰਗਵੀਰ ਬਾਦਲਾਂ ਦਾ ਐਤਕੀਆਂ ਦਾ ਜਦੋਂ ਮੈਂ ਆ ਗਿਆ ਤਾਂ ਸਾਡੀ ਸਰਕਾਰ ਆ ਗਈ ਆਹਦਾ ਲਾਇਸੈਂਸ ਵੀ ਨਹੀਂ ਆਉਂਦਾ ਬਣਾਉਣੇ ਆਉਂਦਾ ਉਵੇਂ ਗੱਡੀਆਂ ਮੋਟਰਸਾਈਕਲ ਜੋ ਮਰਜ਼ੀ ਚਲਾਇਓ ਠੀਕ ਆ ਪਹਿਲਾਂ ਤਾਂ ਸਿਮਰਤ ਕੌਰ ਨੇ ਬਿਆਨ ਦਿੱਤਾ ਹਾਂਜੀ ਆਹਦੀ ਮੋਦੀ ਜੀ ਨੇ ਬਹੁਤ ਚੰਗਾ ਕਰਿਆ ਹਾਂਜੀ ਅੱਛਾ ਮਗਰੇ ਸੁਖਵੀਰ ਨੇ ਦੇਤਾ ਹਾਂਜੀ ਉਹ ਮਗਰੇ 90 ਸਾਲ ਤੋਂ 95 ਸਾਲ ਦਾ ਬੁੜਾ ਮਗਰੇ ਹੋਣੇ ਦੇਤਾ ਹਾਂਜੀ ਤੇ 700 ਕਿਸਾਨ ਮਰ ਗਿਆ ਸਾਡਾ ਗੱਲ ਸਹੀ ਹੈ ਦੱਸੋ ਵੀ ਹਜੇ ਕਿਸਾਨਾਂ ਦਾ ਸਪੀਕਰ ਦੇ ਝੂਠ ਮਾਰੀ ਜਾਂਦੇ ਆ ਮੈਂ ਤਾਂ ਘੇਰਦਾ ਸਾਨੂੰ ਅੱਛਾ ਤੂੰ ਤਾਂ ਨਾ ਝੂਠ ਮਾਰ ਤੇਰੇ ਮੂੰਹ ਹੱਥ ਬੰਨ ਦਿੰਦੇ ਤੂੰ ਤਾਂ ਕੁਝ ਅੱਜ ਦੀ ਗੱਲ ਲਿਖ ਕੇ ਲਿਆ ਇਹਦੇ ਵਿੱਚ ਬਾਲ ਲਾ ਕੋਈ ਹੋਰ ਤਾਂ ਕੋਈ ਚੱਜ ਦਾ ਕਿਰਪਾ ਤਾਂ ਬੋਲ ਲਓ ਠੀਕ ਹੈ ਉਹ ਜੀ ਕਿਸਾਨਾਂ ਵਾਲਾ ਕਿਸਾਨਾਂ ਨਾਲ ਤੁਸੀਂ ਕੀ ਮੋਦੀ ਤੁਸੀਂ ਚਲਾਈ ਗਏ ਹੋ ਅਸੀਂ ਮਰੀ ਗਏ ਹੈ ਸਾਡਾ ਅੰਤਰ ਫਰਕ ਪੈ ਗਿਆ ਬਹੁਤ ਜ਼ਿਆਦਾ 900 ਬੰਦਾ ਮਰਿਆ ਉੱਥੇ ਜਿਹੜੇ 10 ਪੜੇ ਬੱਚੇ ਜਾਂ 11 ਪੜੇ ਮੈਂ 10-10 ਲੱਖ ਰੁਪਈਆ ਦੋ 3 ਸਾਲ ਵਿਆਜ ਵੀ ਨੀ ਦੇਣਾ ਕਾਰਡ ਬਣਾ ਕੇ ਅੱਗੇ ਵੀ ਇਹੀ ਝੂਠ ਮਾਰਿਆ ਹੁਣ ਫੇਰ ਮਾਰੀ ਜਾਂਦੇ ਨਹੀਂ ਉਸ ਐਤਕੀ ਮੈਂ ਵੀ ਵਿਆਹਣਾ ਹੋਣੀ 2-3 ਦਿਨ ਪਹਿਲਾਂ ਆਇਆ ਵੀ 10-10 ਲੱਖ ਦੇ ਕਾਰਡ ਬਣਾ ਦੇਣੇ ਆ ਬਣਾ ਦੂ ਬਾਹਰ ਜਾਣ ਵਾਸਤੇ ਜਿਹੜੇ ਆਈਲੈਟਸ ਕਰਦੇ ਆ ਠੀਕ ਹੈ ਚੰਗਾ ਕਿਹਨੂੰ ਆਦੇ ਹੋ ਕਿਹੇ ਜੇ ਬਾਦਲ ਸਾਹਿਬ ਨੂੰ ਮਾੜਾ ਹੋਰ ਕੌਣ ਮਾੜਾ ਹੋਊਗਾ ਜਿਹੜਾ ਉਹਦਾ ਬਾਪੂ ਜੀ ਵੋਟ ਪਾਈ ਤੇ ਕਿਸੇ ਨੇ ਹਾਂ ਦਾ ਨਾਰਾ ਮਾਰਿਆ ਵੀ ਤੁਹਾਡੇ ਘੱਟ ਹੈਗੇ ਇੰਨੇ ਕਿਸੇ ਨੇ ਹਾਂ ਦਾ ਨਾਰਾ ਨਹੀਂ ਮਾਰਿਆ ਸਾਡੇ ਘਰਾਂ ਦੀ ਤਬਾਹੀ ਹੋ ਗਈ ਸੜਕ ਤੇ ਠੀਕ ਹੈ ਜੀ ਇੱਥੇ ਤਹਿਸੀਲ ਚ ਜਾਵੜੋ ਰਜਿਸਟਰੀ ਕਰਾਉਣ ਤੋਂ ਪਹਿਲਾਂ ਜਜ਼ੀਆ ਦੇਣਾ ਪੈਂਦਾ 1000 ਰੁਪਇਆ ਮਲੋਟ ਦਾ ਰੇਟ ਆ 3000 ਮਲੋਟ ਦਾ ਰੇਟ ਆ 1000 ਲੰਬੀ ਦਾ ਲਾਇਸੈਂਸ ਬਣਾਉਣ ਜਾਣਾ ਮਾਊ ਵਾਲੇ ਦਾ ਸਰਟੀਫਿਕੇਟ ਹੋਵੇ ਜਿੰਨਾ ਚਿਰ ਤੁਸੀਂ 2000 ਨਹੀਂ ਦਿੰਦੇ ਤੁਹਾਡੀ ਫਾਈਲ ਨਹੀਂ ਜਮ੍ਹਾਂ ਹੁੰਦੀ ਫਰੀਦਕੋਟ ਉਹ ਇਮਾਨਦਾਰੀ ਦੀ ਜਿਹੜੀ ਰਿਸ਼ਵਤ ਚੱਲੀ ਆ ਉਹ ਕਿਹਨੇ ਚਲਾਈ ਆ ਦਸ ਸਾਲ ਕਾਂਗਰਸ ਰਹਿ ਗਈ 15 ਸਾਲ ਇਹ ਰਹੇ ਆ ਉਹਨੂੰ ਇਹ ਪੁੱਛਦੇ ਨਹੀਂ ਉਹ ਕਿਹਨੇ ਚਲਾਈ ਆ ਉਹ ਇਮਾਨਦਾਰੀ ਦੀ ਰਿਸ਼ਵਤ ਆ ਉਹ ਸਾਨੂੰ ਦੇਣੀ ਪੈਂਦੀ ਆ ਨਹੀਂ ਅਰਜੀ ਨੂੰ ਵੀ ਕਹਿੰਦਾ ਤੁਹਾਡੀ ਰਜਿਸਟਰੀ ਨਹੀਂ ਹੁੰਦੀ ਠੀਕ ਹੈ ਜੀ ਇੱਥੇ ਇਹ ਵੀ ਕੰਮ ਚੱਲਿਆ ਪਟਵਾਰੀ ਆਪਦੇ ਘਰੇ ਬੈਠਾ ਹੁੰਦਾ ਸੀ ਪ੍ਰਾਈਵੇਟ ਬੰਦਾ ਰੱਖਿਆ ਸੀ ਲੋਕਾਂ ਦੀਆਂ ਜ਼ਮੀਨਾਂ ਘਟ ਗਈਆਂ ਇੱਥੇ ਹੁਣ ਉਹਨੂੰ ਸਹੀ ਕਰਾਉਣ ਵਾਸਤੇ ਫਿਰ ਰਿਸ਼ਵਤ ਦੇ ਦਿਓ ਲਗਾਤਾਰ ਰਾਜ
ਦੂਜਾ ਇੱਕ ਮਿੰਟ ਇੱਕ ਮਿੰਟ ਖਾਲਸਾ ਕਾਲਜ ਨੂੰ ਯੂਨੀਵਰਸਿਟੀ ਬਣਾਉਣਾ ਕੰਧ ਨਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਇੱਕ ਅੱਧੀ ਯੂਨੀਵਰਸਿਟੀ ਹੋਰ ਮਲੋਟ ਵੀ ਦੇ ਦਿਓ ਯਾਰ ਅੱਜ ਮੁਕਤਸਰ ਜ਼ਿਲ੍ਹੇ 'ਚ ਵੈਂਟੀਲੇਟਰ ਹੈ ਨਹੀਂ ਕਰੋਨਾ ਦੀ ਬਿਮਾਰੀ ਗਈ ਆ ਇਹ ਮੁੱਦੇ ਹੈ ਕਿਸੇ ਕੋਲ ਪੱਕੀਆਂ ਗਲੀਆਂ ਨਾਲੀਆਂ ਵਿੱਤ ਦਾ 650 ਰੁਪਈਏ ਇੱਕ ਬੰਦੇ ਨੂੰ ਆਉਂਦੇ ਆ ਸਾਡੇ ਪਿੰਡ ਦੀ 3100 ਦੀ ਨਫਰੀ ਆ 21-22 ਲੱਖ ਤਾਂ ਆਉਣਾ ਹੀ ਆਉਣਾ ਉਹ ਸਹੀ ਲੱਗ ਜੇ ਸਾਨੂੰ ਇੰਨਾ ਹੀ ਬਹੁਤ ਆ ਅਨਪੜ੍ਹ ਪੰਚਾਇਤਾਂ ਬਣਾ ਦਿੰਦੇ ਇਹ ਕੌਣ ਬਣਾਉਂਦਾ ਇੱਥੇ ਤਾਂ ਐਵੇਂ ਜਾਬੜਾਂ ਦਾ ਭੇੜਾ ਜਿਹੜੇ ਮੁੱਦੇ ਬਹੁਤ ਆ ਮੁੱਦੇ ਦਾ ਜੀ ਆਪਣੇ ਹੁਣ ਇਕੱਲੇ ਝੋਨੇ ਮਗਰ ਪਏ ਨੇ ਦੂਜੇ ਨਰਮੇ ਦੇ ਰੇਟ ਵਧਾ ਦੇਣਾ ਨਰਮੇ ਦਾ ਚੀਜ਼ਾਂ ਦਾ ਵੀ ਨਰਮੇ ਦਾ ਰੇਟ ਦੱਸੋ ਮੱਕੀ ਦਾ ਕੀ ਹਾਲ ਹੁੰਦਾ ਠੀਕ ਆ ਨਰਮੇ ਦਾ ਤਾਂ ਜਿਹੜੀ ਐਤੀ ਜਿਹੜੇ ਬੀਜ ਆ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਬੈਠੀ ਆ ਇੱਕ ਇੱਕ ਸਟੋਰ ਖੋਲ੍ਹ ਕੇ ਸਹੀ ਦੇ ਦੇਣ ਕਿਉਂ ਇਹਨਾਂ ਨੇ ਵੱਡੇ ਡੀਲਰਾਂ ਤੋਂ ਪੈਸੇ ਲੈ ਕੇ ਉਹਨਾਂ ਨੂੰ ਖੁੱਲ੍ਹ ਦਿੰਦੇ ਆ ਦੁੱਧ ਦਾ ਬੁਰਾ ਹਾਲ ਹੈਗਾ ਦੁੱਧ ਤਾਂ ਬਾਈ ਜੀ ਜਿੰਨੀ ਜਿੰਦੀ ਖਪਤ ਆ ਨਾ ਉਦੋਂ 10% ਹੀ ਹੁੰਦਾ ਹੋਣਾ ਸਾਰਾ ਡੁਪਲੀਕੇਟ ਚੱਲਦਾ ਸਾਰਾ ਕੋਈ ਡੁਪਲੀਕੇਟ ਆ ਮੁੱਦੇ ਬਹੁਤ ਆ ਪਰ ਇਹ ਲੋਕਾਂ ਨੇ ਗਲੀਆਂ ਨਾਲੀਆਂ ਪੱਕੀਆਂ ਮੇਰੀ ਸੁਣ ਗੱਲ ਆ ਸਾਡਾ ਛੱਪੜ ਆ ਜਦੋਂ ਗਲੀਆਂ ਕੱਚੀਆਂ ਸੀ ਸਾਡੇ ਸਾਰੇ ਪਿੰਡ ਦਾ ਪਾਣੀ ਮਾੜਾ ਸੀ ਛੱਪੜ ਵਾਲੇ ਘਰਾਂ ਦਾ ਪਾਣੀ ਚੰਗਾ ਸੀ ਅੱਜ ਸਾਰਾ ਗੰਦ ਚੱਕ ਕੇ ਛੱਪੜ 'ਚ ਪਾਤਾ ਹਰੇਕ ਘਰੇ ਕਾਲਾ ਪੀ ਲਿਆ ਅਤੇ ਜੇ 4 ਦਿਨ ਵਾਟਰ ਵਾਸ਼ ਨਾ ਚੱਲੇ ਲੋਕਾਂ ਦਾ ਬੁਰਾ ਹਾਲ ਹੋ ਜਾਂਦਾ ਗਲੀਆਂ ਨਾਲੀਆਂ ਨੂੰ ਚੱਕਣਾ ਸੰਨ 1969 ਦੇ ਅਤੇ ਸੰਨ 1946 ਦੇ ਸਾਡੇ ਪਿੰਡ 'ਚ BA ਪਾਸ ਬਜ਼ੁਰਗ ਬੈਠਾ ਅਤੇ ਸਾਡੇ 'ਚੋਂ ਕਿਸੇ ਨੇ BA ਨਹੀਂ ਕਰੀ ਇਹਨੂੰ ਵਿਕਾਸ ਆਖੀਏ ਕਿ ਥੱਲੇ ਆਖੀਏ ਇੱਦੂ ਤਾਂ ਅੰਗਰੇਜ਼ ਚੰਗੇ ਸੀ ਨਹੀਂ ਸਾਡੇ ਪਿੰਡ 69 ਸਿੰਘ ਬੈਠਾ ਗ੍ਰੈਜੂਏਸ਼ਨ ਸੰਨ 1946 ਦਾ ਗੁਰਤੇਜ ਸਿੰਘ ਸੰਨ 1958 ਦਾ ਗ੍ਰੈਜੂਏਟ ਆ ਅਤੇ ਹੁਣ ਵਾਲਿਆਂ 'ਚ ਵੇਖ ਲਓ ਕਿਹੜਾ ਗ੍ਰੈਜੂਏਟ ਹੱਥ ਖੜ੍ਹੇ ਕਰਾ ਲਓ ਇਹਨੂੰ ਵਿਕਾਸ ਦੱਸਦੇ ਆ ਬਹੁਤ ਮੁੱਦੇ ਆ ਜੀ ਸਭ ਤੋਂ ਤੰਗ ਹੈ ਜਨਤਾ ਪੈਸਿਆਂ ਤੋਂ ਅਸੀਂ ਤਾਂ ਭਾਈ ਪੈਸੇ ਅੱਜ ਤੱਕ ਤੁਸੀਂ ਲੈ ਲਓ ਆਹ ਸਾਰਿਆਂ ਤੋਂ ਪਹਿਲਾਂ ਬਾਦਲ ਨੂੰ ਲਾਇਆ ਲੈ ਲਾ ਭਾਈ ਅੱਗੇ ਦੇਣਗੇ ਕਿੰਨੇ 'ਚ ਵੇਚਣੀਆਂ ਦੱਸ ਮੈਂ ਦਿੰਦਾ ਉਹ ਗੱਲ ਬਸ ਫਿਰ ਆਹ ਹੀ ਹੈ ਇਹਨਾਂ ਕੋਲ ਗੱਲ ਨੀ ਉਹ ਗੱਲ ਹੁੰਦੀ ਜਿਹੜਾ ਵਿਕਾਸ ਜਿਹਨੂੰ ਕਹਿੰਦੇ ਉਹ ਵਿਕਾਸ ਵਿਕਾਸ ਬਹੁਤ ਸਾਡੇ ਮੇਰੇ ਪਿਓ ਦਾ ਸਬੂਤ ਸਾਰਾ ਬੈਠਾ ਸਾਰਾ ਪਿੰਡ ਜਾਣ ਦਾ ਆਪਣਾ ਇੱਕ ਮਿੰਟ ਇੱਥੇ ਤਾਇਆ ਬੈਠਾ ਹੋਣਾ ਆਪਣਾ ਉਹ ਬੈਠਾ ਤਾਇਆ ਕਰਦਾ ਉਹਨੇ ਆਪਣਾ ਆਪਣਾ ਭਾਈ ਜੇਲ੍ਹ ਕੱਟ ਕੇ ਆਇਆ ਮੇਰਾ ਪਿਓ ਜੇਲ੍ਹ ਕੱਟ ਕੇ ਆਇਆ ਵੀ ਤੂੰ ਕੀ ਕੀਤਾ ਕੁਝ ਨਹੀਂ ਕੀਤਾ ਜੀ ਵੀ ਸਾਡੇ ਪਿਓ ਦਾਦੇ ਜੇਲ੍ਹ ਕੱਟ ਕੇ ਆਏ ਆ ਤੇ ਇਹਨਾਂ ਅਸੀਂ ਸਾਨੂੰ ਕਹਿੰਦੇ ਆ ਵੀ ਕਾਗਜ਼ ਲੈ ਕੇ ਸਾਡੇ ਸਾਨੂੰ ਪਹੁੰਚ ਜਾਓ ਸਾਡੇ ਕੋਲੇ ਹੋ ਜਾਓ ਵੀ ਮੈਂ ਅਸੀਂ ਸਾਰਾ ਕੁਝ ਆਪਣਾ ਕਾਗਜ਼ ਵੀ ਦੇ ਚੁੱਕੇ ਹਾਂ ਸਾਰਾ ਕੁਝ ਦੇ ਚੁੱਕੇ ਹਾਂ ਪਰ ਨਹੀਂ ਕੋਈ ਸੁਣਵਾਈ ਨਹੀਂ ਆਪਣਾ 2-2 ਕਿੱਲਾ ਪੈ ਲਈ ਹੈ ਜੀ ਉਸੇ ਦਿਨ ਗੁਜ਼ਾਰਾ ਕਰੀ ਜਾਂਦੇ ਬਾਕੀ ਠੇਕੇ ਲੈ ਲੈਂਦੇ ਬੜੀ ਮੋਟੀ ਬਾਪੂ ਜੀ ਇਹਨੂੰ ਪਾਉਂਗੇ ਵੋਟ ਇਹਨੂੰ ਪਾਈਏ ਸਾਡੇ ਤਾਂ ਖੇਤ ਵੀ 2 ਨਾਲੇ ਕੱਢ ਤੇ ਪੈਸਾ 6-7 ਸਾਲਾਂ ਬਾਅਦ ਦਿੱਤਾ ਕਿਹਨੂੰ ਦਿੰਦੀ ਹੈ ਸਲਾਹ ਸੇਮ ਵਾਲੇ ਹਾਂਜੀ ਕੋਈ ਜ਼ਮੀਨ ਦੇ ਕੇ ਤੇ ਪੈਸਾ ਨਗਦ ਲੈਂਦਾ ਕਿ ਧਾਰ ਕਰ ਲੈਂਦਾ ਫਿਰ ਮੁਕਾਬਲਾ ਕਿਹਦੇ 'ਚ ਲੱਗਦਾ ਐਤਕੀ ₹105 ਕੁਇੰਟਲ ਮੈਂ ਆਪ ਖਰੀਦਿਆ ਜੀ ₹105 ਕੁਇੰਟਲ ਮੈਂ ਆਪ ਖਰੀਦਿਆ ਹੁਣ ਹੀ ਪਾਇਆ ਜੀ ਮੈਂ 2 ਮਹੀਨੇ ਹੋ ਗਏ ਗੱਲਾਂ ਹੀ ਚੱਲੀ ਦੀਆਂ ਸੀ ਭਰਾਵਾ ਕੋਈ ਉਹ ਨਹੀਂ ਠੀਕ ਹੈ ਜੀ